ਅਸਲਾਮ ਅਲੈਕਮ ਸਿਆਸੀ ਡੈਰਾ ਤੇ ਖੁਸ਼ ਆਮਦੇਦ ਹਜ਼ੂਰ ਸਦੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਤੁਹਾਨੂੰ ਪਤਾ ਹੈ ਅਦਾਲਤਾਂ ਦੇ ਵਿੱਚ ਬੜਾ ਕੁਝ ਹੋ ਰਿਹਾ ਔਰ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਕਿ ਅਦਾਲਤਾਂ ਦੇ ਵਿੱਚ ਹਜੇ ਕੁਝ ਲੋਕ ਜਿਹੜੇ ਨੇ ਉਹ ਮੌਜੂਦ ਨੇ ਜਿਨ੍ਹਾਂ ਨੂੰ ਉਤਾਰਿਆ ਗਿਆ ਸੀ ਇਮਰਾਨ ਖਾਨ ਦੇ ਦਰ ਪਾਕਿਸਤਾਨ ਨੂੰ ਤਬਾਹ ਕਰਨ ਵਾਸਤੇ ਪਾਕਿਸਤਾਨ ਦੀ اخਲਾਕیات ਪਾਕਿਸਤਾਨ ਦਾ ਦੀ ਮਹੌਸ਼ਤ ਪਾਕਿਸਤਾਨ ਦਾ ਜੋ ਵੀ ਜੋ ਪਾਕਿਸਤਾਨ 2016 ਦੇ ਵਿੱਚ ਤਰੱਕੀ ਕਰ ਰਿਹਾ ਸੀ ਉਹ ਰਕਵਾਨ ਵਾਸਤੇ ਔਰ ਇਹ ਸਾਰਾ ਵਿਗਾੜ ਪੈਦਾ ਕਰਨ ਵਾਸਤੇ ਜਦੋਂ ਸਾਡੇ ਮਿੱਠਿਆ ਨੇ ਇਹਨੂੰ ਉਤਾਰਿਆ ਨਵਾਜ਼ ਸ਼ਰੀਫ ਦੀ ਦੁਸ਼ਮਣੀ ਦੇ ਵਿੱਚ ਤੇ ਜ਼ਹਿਰੀ ਗੱਲਾਂ ਨਾਲ ਹੋਰ ਬੜੀਆਂ ਚੀਜ਼ਾਂ ਵੀ ਤੇ ਉਹ ਲੈ ਕੇ ਆਏ ਸੀ ਨਾ ਅਦਾਲਤਾਂ ਦੇ ਵਿੱਚ ਬੇਤਹਾਸ਼ਾ ਜੱਜ ਵੀ ਲੈ ਕੇ ਆਏ ਸੀ ਨਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੱਲ ਇੱਕ ਨਾ ਇੱਕ ਦਿਨ ਜਾ ਕੇ ਇੱਥੇ ਹੀ ਫਸਣੀ ਏ ਇਹਨਾਂ ਤੇ ਫੜਿਆ ਜਾਣਾ ਸਾਰਿਆਂ ਹੁਣ ਵੇਖੋ ਨਾ ਸਾਰਾ ਸੂਤਰ ਜਿਹੜਾ ਉਹ ਲੱਗ ਗਿਆ وزارت ਏਜ਼ਮਾ ਖਤਮ ਹੋ ਗਈ ਹਕੂਮਤਾਂ ਸੁਭਾਈ ਉਹਨੇ ਖੁਦ ਖਤਮ ਕਰ ਦਿੱਤੀਆਂ 70 80 ਮੁਕਦਮਾ ਦਰਜ ਨੇ ਲੇਕਿਨ ਉੱਥੇ ਉਸ ਨੁਕਤੇ ਤੇ ਹੁਣ ਆ ਕੇ ਫਸ ਗਈ ਗੇਮ ਜਿਹੜਾ ਉਹਨਾਂ ਜਾਲ ਫਸਾਇਆ ਸੀ ਕਿ ਅੱਛਾ ਅਸੀਂ ਆਪਣੇ ਬੰਦੇ ਜੱਜ ਵੀ ਲਾ ਦੇਨੇ ਆ ਕੱਲ ਨੂੰ ਕਿਧਰੇ ਇਹ ਜਿਹੜਾ ਅਸੀਂ ਮਨਸੂਬਾ ਲਾ ਰਹੇ ਆ ਇਹ ਉਲਟਾ ਹੋ ਜਾ ਤੇ ਇਹ ਜਿਹੜੇ ਜੱਜ ਨੇ ਸਾਨੂੰ ਪਛਾਣਨਗੇ ਠੀਕ ਹੈ ਨਾ ਤੇ ਮੈਂ بار بار ਕਹਿ ਰਿਹਾ ਕਿ ਫੈਜ਼ ਉਮੀਦ ਸਾਖਬ ਨਸਾਰ ਉਹਨਾਂ ਨੇ ਲਗੋਟੇ ਕਸਲੇਰ اور ਜਿਹੜੇ ਜੂਨੀਅਰ ਜੱਜ ਨੇ ਮੁختلف ਅਦਾਲਤਾਂ ਦੇ ਵਿੱਚ ਉਹਨਾਂ ਦੇ ਨਾਲ ਉਹ ਰਾਤ ਤੇ ਚ ਨੇ ਪੈਸਾ ਵੀ ਚੱਲ ਰਿਹਾ ਉਸ ਤੋਂ ਬਾਅਦ ਲਾਲਚ ਵੀ ਦਿੱਤਾ ਜਾ ਰਿਹਾ ਗੱਡੀਆਂ ਵੀ ਦਿੱਤੀਆਂ ਜਾ ਰਹੀਆਂ ਕੋਠੀਆਂ ਵੀ ਪਲਾਟ ਵੀ ਬਾਹਰ ਦੇ ਮੁਲਕਾਂ ਚ ਵੀ ਪੈਸਾ ਇਹ ਸਾਰਾ ਨੈਟਵਰਕ ਜਿਹੜਾ ਇਹ ਫੈਜ਼ ਉਮੀਦ ਦੇ ਕੋਲ ਹੈ ਸਾਰੇ ਜਿੰਨੇ ਵੀ ਜੂਨੀਅਰ ਜੱਜ ਨੇ ਉਹਨਾਂ ਦੀਆਂ ਰਿਕਾਰਡਿੰਗਾਂ ਵੀਡੀਓ ਕਰਪਸ਼ਨ ਬੈਂਕ ਬੈਲੈਂਸ ਬੱਚਿਆਂ ਦਾ ਰਿਕਾਰਡ ਹਰ ਸ਼ੈ ਉਹਦੇ ਕੋਲ ਔਰ ਹੁਣ ਉਹ ਇਸਤੇਮਾਲ ਕਰ ਰਿਹਾ ਇਹ ਆਪਣਾ ਆਖਰੀ ਜਿਹੜਾ ਉਹਦਾ ਕਾਰਡ ਹੈ ਠੀਕ ਹੈ ਨਾ ਜੀ ਤੇ ਇਹ ਸਾਡੀਆਂ ਜਿਹੜੀਆਂ ਮਿੱਠੀਆਂ ਏਜੰਸੀਆਂ ਨੇ ਔਰ ਹਕੂਮਤ ਇਹਨਾਂ ਨੂੰ ਵੀ ਇਹ ਖਿਆਲ ਕਰਨਾ ਚਾਹੀਦਾ ਬਈ ਇਹ ਆਖਰ ਇਹ ਜਿਹੜਾ ਕਾਰਡ ਉਹ ਖੇਡਦਾ ਪਿਆ ਹਰ ਰੋਜ਼ ਅਦਾਲਤਾਂ ਦੇ ਵਿੱਚ ਨਿਆਜ਼ੀ ਨੂੰ ਬਚਾਉਣ ਵਾਸਤੇ ਇਹਦਾ ਇਹਨਾਂ ਦੇ ਕੋਲ ਕੀ ਕਾਊਂਟਰ ਹੈ ਇਹ ਹਕੂਮਤ ਨੂੰ ਔਰ ਏਜੰਸੀਆਂ ਨੂੰ ਹੁਣ ਸੋਚਣਾ ਚਾਹੀਦਾ ਬਈ ਫਾਜ਼ਮੀਰ ਦੇ ਕੋਲ ਜਿਹੜਾ ਜਾਲ ਇੱਕ ਉਸ ਜਾਲ ਦਾ ਤੁਹਾਡੇ ਕੋਲ ਕੀ ਟੋਟਕਾ ਹੈ ਉਹ ਤੁਸੀਂ ਕਰਨਾ ਜਿਹੜੀ ਮੈਂ ਖਬਰ ਲੈ ਕੇ ਆ ਰਿਹਾ ਨਵਾਜ਼ ਸ਼ੀਫ ਦਾ ਛੱਕਾ ਤੇ ਨਿਆਜ਼ੀ ਨੂੰ ਛੱਕੇ ਪ੍ਰੋਜੈਕਟ ਇਮਰਾਨ ਜਿਹੜਾ ਉਹ ਹਮੇਸ਼ਾ ਵਾਸਤੇ ਖਤਮ ਤੇ ਤੀਸਰੀ ਖਬਰ ਇਹਦੇ ਛੋਟੀ ਜਿਹੀ ਮੁਸ਼ਾਹਦ ਸੈਦ ਸਾਹਿਬ ਦਾ ਅਗਰਦਰ ਮੈਂ ਬਿਆਨ ਸੁਣਿਆ ਸੈਨਬ ਦੇ ਵਿੱਚ ਉਹਦੇ ਤੇ ਕੋਈ ਹਲਕੀ ਫੁਲਕੀ ਅਸੀਂ ਟੱਚ ਮਾਰਾਂਗੇ ਜਿਹੜੀ ਇਹ ਉਕਰਾਂ ਦੇ ਔਰ ਫਵਾਦ ਚੌਧਰੀ ਤੇ ਵੀ ਕਰਾਂਗੇ ਕਿ ਉਹਦੇ ਤੇ ਵੀ ਇੱਕ ਹੋਰ ਮਕਦਮਾ ਜਿਹੜਾ ਉਹ ਹੋ ਚੁੱਕਿਆ ਨਵਾਜ਼ ਸ਼ੀਫ ਦਾ ਛੱਕਾ ਸਵਾਰ ਦਾ ਛੱਕਾ ਕੀ ਹੈ ਹੁਣ ਮਤਲਬ ਤੁਸੀਂ ਵੇਖ ਲਓ ਕਿ ਇਮਰਾਨ ਖਾਨ ਔਰ ਬਾਜਵਾ ਇਹ ਦੋਨੋਂ ਗੁੱਥਮ ਗੁੱਥਾ ਨੇ ਇਹਨਾਂ ਦੋਨਾਂ ਨੇ ਮਿਲ ਕੇ ਇਹ ਦੋ ਕਿਰਦਾਰ ਸੀ ਨਾ ਤੇ ਨਾਲ ਤਿੰਨ ਹੋਰ ਕਿਰਦਾਰ ਸੀ ਪੰਜ ਦਾ ਟੋਲਾ ਸੀ ਨਾ ਇਮਰਾਨ ਖਾਨ ਜਨਰਲ ਬਾਜਵਾ ਫੈਜ਼ ਹਮੀਦ ਸਾਖਬ ਅਨਸਾਰ ਔਰ ਜਸਟਿਸ ਖੋਸਾ ਇਹ ਪੰਜ ਦਾ ਟੋਲਾ ਸੀ ਨਾ ਜਿਨ੍ਹਾਂ ਨੇ ਪਾਕਿਸਤਾਨ ਬਰਬਾਦ ਕੀਤਾ ਤੇ ਨਵਾਜ਼ ਸ਼ਰੀਫ ਦਾ ਛੱਕਾ ਕੀ ਹੈ ਕਿ ਪੰਜ ਦੇ ਪੰਜ ਕਿਰਦਾਰ ਜਿਹੜੇ ਨੇ ਉਹਨੇ ਲੰਡਨ ਬੈ ਕੇ ਫਾਰਕ ਕੀਤੇ ਨੇ ਉਹਨਾਂ ਦਾ ਤੜਨ ਤਖਤਾ ਕੀਤਾ। ਮਤਲਬ ਕਿ ਮੈਦਾਨ ਜਿਹੜਾ ਉਹ ਸਿੱਧਾ ਕੀਤਾ ਲੰਡਨ ਚ ਬੈ ਕੇ ਕਹਿੰਦੇ ਦਵਾਈ ਲੈਣ ਗਏ ਆ। ਦਵਾਈ ਲੈਣ ਗਏ ਆ ਤੇ ਉੱਥੇ ਬੈਟਿੰਗ ਕਰ ਰਹੇ ਨੇ ਨਾਲ ਛੱਕੇ ਮਾਰੀ ਜਾ ਰਿਹਾ। ਤੇ ਨਿਆਜ਼ੀ ਨੂੰ ਝਟਕੇ ਜਿਹੜੇ ਨੇ ਉਹਦੇ ਹੀ ਜਾ ਰਿਹਾ। ਉਹਨੂੰ ਇਸ ਹੱਦ ਤੱਕ ਉਹਦਾ ਦਿਮਾਗ ਖਰਾਬ ਕਰ ਦਿੱਤਾ ਨਿਆਜ਼ੀ ਨਵਾਜ਼ ਸ਼ਰੀਫ ਨੇ ਕਿ ਉਹਨੇ ਆਪਣੀਆਂ ਹਕੂਮਤਾਂ ਆਪਣੇ ਹੱਥ ਨਾਲ ਤੋੜ ਦਿੱਤੀਆਂ। ਤੁਸੀਂ ਜਰਾ ਉਹ 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 ਨਵਾਜ਼ ਸ਼ਰੀਫ ਦਾ ਖੌਫ ਕਿੰਨਾ ਕੋ ਤਾਰੀ ਇਹ ਬੈ ਉਹਨੂੰ ਸਮਝ ਨਹੀਂ ਆਈ ਮੈਂ ਕਰਨਾ ਕੀ ਹੈ ਜਿਹੜੀ ਹਕੂਮਤ ਉਹਨੂੰ ਤਹਫਸ ਦੇ ਕੇ ਬੈਠੀ ਸੀ ਜਿਹਦੇ ਤੋਂ ਉਹ ਸਾਰਾ ਕੁਝ ਖਾਪ ਹੀ ਰਿਹਾ ਸੀ ਕਰਪਸ਼ਨ ਕਰ ਰਿਹਾ ਸੀ ਲੁੱਟਮਾਰ ਕਰ ਰਿਹਾ ਸੀ ਉਹਨੇ ਉਹੀ ਜਿਹੜੀ ਇਹ ਉਹ ਤੋੜ ਦਿੱਤੀ ਇਹ ਖੌਫ ਦੀ ਅਲਮਤ ਸੀ ਠੀਕ ਹੈ ਨਾ ਜੀ ਤੇ ਇਹ ਛਟਕੇ ਜਿਹੜੇ ਨੇ ਉਹਨੂੰ ਨਿਵਾਸ਼ ਸ਼ਰੀਫ ਜਿਹੜਾ ਉਹ ਦੇ ਰਿਹਾ ਤੁਸੀਂ ਵੇਖੋ ਕਿ ਪਿਛਲੇ 5 ਮਹੀਨੇ ਤੋਂ ਨਿਵਾਸ਼ ਸ਼ਰੀਫ ਦੇ ਖੌਫ ਦੀ وجہ ਤੋਂ ਉਹ ਲੰਡਨ 'ਚ ਬੈਠਾ ਹੈ ਇਹ ਬੰਦਾ ਜ਼ਮਾਨ ਪਾਰਕ ਦੇ ਵਿੱਚ ਖੁਦ ਹੀ ਆਪਣੇ ਘਰ ਨੂੰ ਜੇਲ ਬਣਾ ਕੇ ਖੁਦ ਹੀ ਉਹਦੇ ਵਿੱਚ ਕੈਦ ਹੋ ਚੁੱਕੇ ਆ ਹੈ ਜਵਾਨਾ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਹਜੇ ਉਹਨੂੰ ਕਿਦਰੇ 70 ਮੁਕਦਮੇ ਨੇ ਕਿਦਰੇ ਸਜ਼ਾ ਨਹੀਂ ਹੋਈ ਕਿਦਰੇ ਪੇਸ਼ ਨਹੀਂ ਪਿਆਉਂਦਾ ਕਿਦਰੇ ਘਰੋਂ ਬਾਹਰ ਨਹੀਂ ਪੈ ਨਿਕਲਦਾ ਆਪਣੇ ਘਰ ਨੂੰ ਬੁਲੇਟ ਪ੍ਰੂਫ ਬਣਾ ਕੇ ਆਪਣੀਆਂ ਖਿੜਕੀਆਂ ਬਾਥਰੂਮ ਕਮਰੇ ਬੁਲੇਟ ਪ੍ਰੂਫ ਕਰਕੇ ਆਪਣੇ ਆਪ ਨੂੰ ਪਿਛਲੇ 5 ਮਹੀਨੇ ਤੋਂ ਖੁਦ ਹੀ ਆਪਣੇ ਘਰ ਨੂੰ ਜੇਲ ਬਣਾ ਕੇ ਉਹਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਦਿੱਤਾ ਇਹਨੂੰ ਤੁਸੀਂ ਕੀ ਕਹੋਗੇ ਇਹ ਨਿਵਾਸ਼ੀ ਦਾ ਛੱਕਾ ਤੁਸੀਂ ਕਹਿੰਦੇ ਹੋ ਕਿ ਨਹੀਂ ਕਹਿੰਦੇ ਹੋਣੇ ਬੜਾ ਤੁਸੀਂ ਕਹਿੰਦੇ ਹੋ ਨਾ ਕਿ ਜਿਹੜਾ ਦਵਾਈ ਲੈਣ ਗਿਆ ਵਾਪਸ ਨਹੀਂ ਆ ਰਿਹਾ ਬਈ ਜਿਹੜਾ ਦਵਾਈ ਲੈਣ ਗਿਆ ਉਹ ਤੇ ਆ ਜਾਏਗਾ ਉਹਨੇ ਇੱਕ ਬੰਦੇ ਨੂੰ ਘਰ ਦੇ ਵਿੱਚ ਹੀ ਮਜਬੂਰ ਕਰ ਦਿੱਤਾ ਹੈ ਕਿ ਆਪਣੇ ਘਰ ਨੂੰ ਜੇਲ ਡਿਕਲੇਅਰ ਕਰਕੇ ਉਹਦੇ ਵਿੱਚ ਰਹਿਣਾ ਸ਼ੁਰੂ ਕਰ ਦੇ ਬਾਹਰ ਨਹੀਂ ਨਿਕਲ ਸਕਦਾ ਆਵਾਮ ਦੇ ਸਾਹਮਣੇ ਇੱਕ ਕਦਮ ਨਹੀਂ ਰੱਖ ਸਕਦਾ ਇਹ ਨਿਆਜ਼ੀ ਔਰ ਝੂਠ ਔਰ ਫਰਾਡ ਜਿਹੜਾ ਅਦਾਲਤਾਂ ਦੇ ਨਾਲ ਕਰ ਰਿਹਾ ਕਿ ਮੇਰੀਆਂ ਲੱਤਾਂ ਟੁੱਟੀਆਂ ਹਨ ਅੰਦਰ ਐਕਸਰਸਾਈਜ਼ ਕਰਦਾ ਵੀਡੀਓ ਜਾਰੀ ਹੋ ਚੁੱਕੀ 12 ਅਦਾਲਤਾਂ ਕੋਲ ਵੀਡੀਓ ਵੀ ਪਹੁੰਚ ਚੁੱਕੀ ਹੈ ਜਿਹੜੀ ਹਰ ਰੋਜ਼ੇ ਉੱਥੇ ਮਸ਼ੀਨ ਦੇ ਉੱਤੇ ਦੌੜਾਂ ਲਾਂਦਾ ਉਹ ਵੀਡੀਓ ਵੀ ਪਹੁੰਚ ਚੁੱਕੀ ਹੈ ਤੇ ਨਵਾਜ਼ ਸ਼ਰੀਫ ਨੇ ਲੰਡਨ 'ਚ ਬੈਠ ਕੇ ਜਿਹੜੇ ਛੱਕੇ ਮਾਰੇ ਨੇ ਇਹਦੀ ਹਕੂਮਤ ਖਤਮ ਕੀਤੀ ਇਹਨੂੰ ਆਇਨੀ ਤਰੀਕੇ ਦੇ ਨਾਲ ਅਕਤਿਆਰ ਤੋਂ ਹਟਾਇਆ ਇਹਦੀ ਕਰਪਸ਼ਨ ਦੋ ਨੰਬਰੀ ਪੂਰੀ ਦੁਨੀਆ ਦੇ ਅੱਗੇ ਅਜ਼ਾਂ ਕੀਤੀ 5000 ਅਰਬ ਦਾ ਕਰਜ਼ਾ ਇਸ ਲਈਆ ਪਾਕਿਸਤਾਨ ਦੇ ਵਿੱਚ ਜਦੋਂ ਇਹਦੀ 4 ਸਾਲਾ ਹਕੂਮਤ ਸੀ ਔਰ ਇੱਕ ਪੈਸਾ ਵੀ ਪਾਕਿਸਤਾਨ ਤੇ ਨਹੀਂ ਲੱਗਾ ਔਰ ਇਹ 76% ਕਰਜ਼ਾ 1900 ਆਪਣਾ ਜਦੋਂ ਦਾ ਪਾਕਿਸਤਾਨ ਬੜਿਆ 1947 ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਨੇ ਜਿੰਨਾ ਕਰਜ਼ਾ ਲਿਆ ਉਹ ਸਾਰਾ ਮਿਲਾ ਕੇ ਉਹਦਾ 76% ਜਿਹੜਾ ਨਾ ਉਹ Imran Khan ਨੇ ਲਿਆ ਸਾਰੀਆਂ ਚੀਜ਼ਾਂ ਨਵਾਜ਼ ਸ਼ਰੀਫ ਨੇ ਬਾਹਰ ਬੈ ਕੇ ਇਹਦੀਆਂ ਬੇਨਕਾਬ ਕੀਤੀਆਂ ਇਹਦੀ ਇੱਕ ਇੱਕ ਚੀਜ਼ ਜਿਹੜੀ ਹੈ ਨਵਾਜ਼ ਸ਼ਰੀਫ ਨੇ ਬੇਨਕਾਬ ਕੀਤੀ ਲੰਡਨ ਦੇ ਵਿੱਚ ਬੈ ਕੇ ਔਰ ਅੱਜ ਇਹ ਇਸ ਕਾਬਲ ਵੀ ਨਹੀਂ ਕਿ ਆਪਣੇ ਘਰ ਦੇ ਵਿੱਚੋਂ ਜਿੰਨ ਜਿੱਥੇ ਨੇ ਜੇ ਡਿਕਲੇਅਰ ਕੀਤੀ ਹੈ ਬਾਹਰ ਨਿਕਲ ਕੇ ਆਵਾਮ ਦਾ ਸਾਹਮਣਾ ਕਰ ਸਕੇ ਇਸ ਹੱਦ ਤੱਕ ਨਵਾਜ਼ ਸ਼ਰੀਫ ਨੂੰ ਚਟਕੇ ਜਿਹੜਾ ਉਹ ਦੇ ਰਿਹਾ ਅਦਾਲਤਾਂ ਦੇ ਵਿੱਚ ਕੁਝ ਜੱਜ ਬੈਠੇ ਨੇ ਐਸੇ ਜਿਹੜੇ ਫੈਜ਼ ਅਮੀਦ ਔਰ ਸਾਕਿਬ ਨਸਾਰਦ ਦਾ ਹੁਕਮਨਾਮਾ ਜਿਹੜਾ ਉਹ ਲੈ ਰਹੇ ਨੇ ਇਹ ਵੀ ਇਨਸ਼ਾ ਅੱਲਾਹ ਤਾਲਾ ਖਤਮ ਹੋਣਗੇ ਇਹ ਬੁਰਾਈ ਵੀ ਅਸੀਂ ਖਤਮ ਕਰਾਂਗੇ ਇਹ ਬੁਰਾਈ ਵੀ ਨਵਾਸ਼ ਸ਼ਰੀਫ ਹੀ ਖਤਮ ਕਰੇਗਾ ਇਨਸ਼ਾ ਅੱਲਾਹ ਇਹ ਮੈਂ ਤੁਹਾਨੂੰ ਦੱਸ ਤਾ ਤੇ ਪ੍ਰੋਜੈਕਟ ਇਮਰਾਨ ਜਿਹੜਾ ਉਹ ਖਾਤਮੇ ਦੀ ਤਰਫ ਜਾ ਰਿਹਾ ਆਸਤਾ ਆਸਤਾ ਜਾ ਰਿਹਾ ਲੇਕਿਨ ਜਾਏਗਾ ਜ਼ਰੂਰ ਇਹ ਸਾਡਾ ਤੁਹਾਡੇ ਨਾਲ ਵਾਦਾ ਰਿਹਾ ਕਿਉਂਕਿ ਵਤਨੇ ਅਜ਼ੀਜ਼ ਅੱਗੇ ਨਹੀਂ ਜਾ ਸਕਦਾ ਜਿੰਨੀ ਦੇਰ ਤੱਕ ਇਹ ਪ੍ਰੋਜੈਕਟ ਖਤਮ ਨਹੀਂ ਹੁੰਦਾ ਤੇ ਇਹ ਨਵਾਸ਼ ਸ਼ਰੀਫ ਨੇ ਹੀ ਖਤਮ ਕਰਨਾ ਹੈ ਇਹ ਪ੍ਰੋਜੈਕਟ ਵੀ اور مریم نواز نے یہ پروجیکٹ ختم کرنا ہے اور عوام ਦੇ سامنے ਇਹਦਾ اصل چہرہ ਜਿਹੜਾ ਉਹ ਲਿਆ ਕੇ ਰੱਖਣਾ ਅੱਗੇ ਆਜੋ ਫਵਾਦ ਚੌਧਰੀ ਫਵਾਦ ਚੌਧਰੀ ਸਾਹਿਬ ਦੀ ਉਹ رپورٹ ਆ ਗਈ ਜਿਹੜੀ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹ ਮਤਲਬ ਇਹਨੇ ਬਹੁਤ ਜ਼ਿਆਦਾ ਚਾੜੀ ਸੀ نشੇ ਸੀ اور ਇਹਦੀ رپورٹ ਆ ਗਈ ਕਿ ਉਸ ਟਾਈਮ ਇਹ ਬਹੁਤ ਜ਼ਿਆਦਾ ਨਸ਼ਾ ਕੀਤਾ ਸੀ اور ਉਹਦੇ ਜਿਹੜਾ ਇਹਨੇ ਨਸ਼ਾ ਕੀਤਾ ਸੀ ਉਸ ਚੱਕਰ ਦੇ ਵਿੱਚ ਇਹਦੇ ਤੇ ਇੱਕ ਹੋਰ ਮਕਦਮਾ ਦਰਜ ਗ੍ਰਿਫਤਾਰੀ ਕਿਸੇ ਵੀ ਟਾਈਮ ਹੋ ਸਕਦੀ ਹੈ ਮਤਲਬ ਜਦੋਂ ਕਿਸੇ ਦਾ ਦਿਲ ਕਰੇ ਤਾਂ ਫਵਾਦ ਚੌਧਰੀ ਸਾਹਿਬ ਆਜੋ ਜਰਾ ਚਾਟ ਲੁਡੋ ਖੇਡ ਲਈ ਤੇ ਗ੍ਰਿਫਤਾਰ ਕਰ ਲਿਆ ਜਾਏਗਾ ਉਸ ਤੋਂ ਬਾਅਦ ਮੁਸ਼ਾਹਦ ਉਸਾਰ سید ਸੈਨੇਟਰ ਮੁਸਲਮ ਲੀਗ ਨੂਨ ਦਾ ਇਹ ਅਗਲੇ ਦਿਨ ਸੈਨੇਟ ਦੇ ਵਿੱਚ ਕੋਈ ਅਜੀਬੋ ਗਰੀਬ ਕਿਸਮ ਦੀ ਗੱਲਾਂ ਜਿਹੜੀਆਂ ਇਹ ਕਰ ਰਿਹਾ ਸੀ ਮੇਰੇ ਖਿਆਲ ਇਹਦਾ ਦਿਮਾਗ ਹਿੱਲ ਚੁਕਿਆ ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਸੈਨੇਟ ਚਾਸੇ ਆਵਾਨ ਦੇ ਵਿੱਚ ਪਹੁੰਚਾਣਾ ਜਿਹੜੀਆਂ ਸਿੱਕੇਬੰਦ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਮੈਂ ਤਾਂ ਸਮਝ ਨਹੀਂ ਆ ਬਈ ਇਹ ਇਹ ਹਰਕਤ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਦੇ ਲੋਕ ਤੁਸੀਂ ਆਪਣੇ ਕਾਰਕੁਨਾਂ ਨੂੰ ਛੱਡ ਕੇ ਕਾਰਕੁਨਾਂ ਨੂੰ ਇਕਤਦਾਰ ਤੋਂ ਦੂਰ ਰੱਖਦੇ ਔਰ ਇਸ ਤਰ੍ਹਾਂ ਦੇ ਬਕਾਊ ਘੋੜੇ ਜਿਹੜੇ ਨੇ ਇਹ ਜਿਹੜੀ ਵਾਕਿਆਤ ਮੁਸ਼ਰਫ ਦੀ ਜਾਂ ਮਾਰਸ਼ਲ ਲਾਵਾ ਦੀ ਜਿਹੜੀਆਂ ਵਾਕਿਆਤ ਨੇ ਉਹ ਤੁਸੀਂ ਸੈਨਟ ਜੈਸੇ ਇਵਾਨ ਦੇ ਵਿੱਚ ਲਿਆ ਕੇ ਪ੍ਰਤੀ ਕਰੋਗੇ ਇਹ ਸਾਰੀਆਂ ਪਾਰਟੀਆਂ ਵਾਸਤੇ ਮੈਂ ਕਹਿ ਰਿਹਾ ਤੇ ਫਿਰ ਇਹ ਮੁਸ਼ਾਦ ਹੁਸੈਨ ਸੈਦ ਵਰਗੇ ਜਿਹੜੇ ਘੋੜੇ ਨੇ ਇਹ ਤੁਹਾਡਾ ਸਾਥ ਕਦੀ ਵੀ ਨਹੀਂ ਦੇਣਗੇ ਮੁਸ਼ਕਿਲ ਵਕਤ ਵਿੱਚ ਕੀ ਆਸਾਨ ਵਕਤ ਵਿੱਚ ਵੀ ਨਹੀਂ ਦੇਣਗੇ ਇਹਨੂੰ ਹੁਣ ਸਿਰਫ ਗੁੱਸਾ ਹੈ ਕਿ ਮੈਨੂੰ ਵਜ਼ੀਰ ਨਹੀਂ ਬਣਾਇਆ ਇਹ وزارت ਨਾ ਲੈਣ ਨਾ ਲੱਭਣ ਦੇ ਚੱਕਰ ਦੇ ਵਿੱਚ ਇਹ ਮੁਸਲਮਾਨ ਲੀਗ ਨੂਨ ਦੀ ਉਥੇ ਸੈਨਟ ਦੇ ਵਿੱਚ ਬਦਖੋਈ ਕਰ ਰਿਆ ਸੀ ਤੇ ਮੈਂ ਇਹ ਇਹਦੇ ਆਸਤੇ ਬੜਾ ਕੁਝ ਕਹਿ ਸਕਣਾ ਔਰ ਮੈਂ ਇਹ ਡਿਮਾਂਡ ਕਰਨਾ ਕਿ ਮਸ਼ਾਹਦ ਹੁਸੈਨ ਸੈਦ ਜਿਹੜਾ ਇਹਦੀ ਸੈਨਟ ਦੀ ਸੀਟ ਵਾਪਸ ਲਈ ਜਾਏ ਔਰ ਇਹਨੂੰ ਟਕੇ ਟੋਕਰੀ ਕੀਤਾ ਜਾਏ ਔਰ ਉਸ ਤੋਂ ਬਾਅਦ ਇਹਨੂੰ ਆਪਣੀ ਪਾਰਟੀ ਦੇ ਵਿੱਚੋਂ ਕਿੱਕ ਮਾਰ ਕੇ ਤੇ ਕੱਢਿਆ ਜਾਏ ਔਰ ਇਹਦੀ ਥਾਂ ਤੇ ਕੋਈ ਸਿੱਕੇਬੰਦ ਕਾਰਕੁਨ ਜਿਹੜੇ ਨਵਾਜ਼ ਸ਼ਰੀਫ ਔਰ ਪਾਰਟੀ ਦੇ ਨਾਲ ਮੁਹੱਬਤ ਕਰਦੇ ਨੇ ਔਰ ਜਿਹੜੇ ਕੁਰਬਾਨੀਆਂ ਦਿੰਦੇ ਨੇ ਉਹਨਾਂ ਚੋਂ ਇੱਕ ਬੰਦਾ ਅੱਛਾ ਜਿਹਾ ਚੁੱਕ ਕੇ ਤੇ ਇਹਦੀ ਥਾਂ ਤੇ ਸੈਂਟਰ ਬਣਾ ਜਾ ਮੁਸ਼ਾਹਦ ਹੁਸੈਨ ਸੈਦ ਦਾ ਨਾਮ ਮੁਸਲਮ ਲੀਗ ਨੂੰ ਨਾਲ ਕੋ ਤਲਕ ਹੈ ਨਾਮ ਵਾਸਤਾ ਹੈ ਇਹ ਮਾਰਸ਼ਲਾ ਦਾ ਹਿੱਸਾ ਹੈ ਇਹ ਮਾਰਸ਼ਲਾ ਦੀ ਪੈਦਾਵਾਰ ਹੈ ਇਹ ਮੁਸ਼ਰਫ ਦਾ ਚੂਚਾ ਤੇ ਲਿਹਾਜ਼ਾ ਇਹਦੀ ਜਗ੍ਹਾ ਨਹੀਂ ਬਣਦੀ ਮੁਸਲਮ ਲੀਗ ਨੂੰ ਵਿੱਚ ਤੇ ਇਹ ਸਾਡੀ ਦਰਖਾਸਤ ਹੈ ਵਜ਼ੀਰ ਆਜ਼ਮ ਸਾਹਿਬ ਅੱਗੇ ਕਿ ਇਹ ਜਿਹੜਾ ਗੰਦਾ ਅੰਡਾ ਤੁਸੀਂ ਰੱਖਿਆ ਇਹਨੂੰ ਫਾਰਕ ਕੀਤਾ ਜਾਏ ਬਹੁਤ ਸ਼ੁਕਰੀਆ